ਲੋਹੜੀ ਦੀ ਪਹਿਲੀ ਗੁੱਡੀ ਉਡਾਉਣ ਜਾ ਰਹੇ, ਦੇਖਦੇ ਆ ਕਿੰਨੀ ਦੇਰ ਟਿਕਦੀ ਆ। ਅੰਮ੍ਰਿਤਸਰ ਦਾ ਮੌਸਮ ਚੈੱਕ ਕਰੋ, ਕਿੰਨਾ ਕਾਲਾ ਬੱਦਲ ਹੋਇਆ। ਉਹ ਵੱਡਾ ਗਏ ਆਈ ਬਾਈ ਬਿਨੀ ਡੱਗੀ। ਇਹਦਾ ਮੋਰਲ ਇਹ ਹੈਗਾ ਵਾ ਕਿ ਕਦੀ ਗਵਾਂਡਿਆਂ ਤੋਂ ਬਿਨਾਂ ਪੁੱਛੇ ਮੈਂ ਪੌੜੀ ਨਾ ਚੁੱਕੋ। ਆਈ ਬਿਨਾਂ ਪੁੱਛੇ ਚੁੱਕੀ ਆ ਤੇ ਉਹਨਾਂ ਦੇ ਕੋਠੇ ਬਿਨਾਂ ਜੜੋ ਹਨਾ। ਚਾਹੇ ਮੀਂਹ ਆ ਜਾਏ ਭਾਵੇਂ ਹਨੇਰੀ ਆ ਜਾਏ, ਗੁੱਡੀ ਉੱਡੂਗੀ ਲੋਹੜੀ ਵਾਲੇ ਦਿਨ ਤੇ ਗੁੱਡੀ ਉੱਡੂਗੀ ਉੱਡੂਗੀ ਤੇ ਉੱਡੂਗੀ। ਵੈਲਕਮ ਬੈਕ ਟੂ ਚੈਨਲ ਗਾਇਸ, ਆਈ ਹੋਪ ਤੁਸੀਂ ਸਾਰੇ ਘੈਂਟ ਹੋ। ਤੇ ਹੁਣ ਲੋਹੜੀ ਦੀ ਪਹਿਲੀ ਗੁੱਡੀ ਉਡਾਉਣ ਜਾ ਰਹੇ, ਦੇਖਦੇ ਆ ਕਿੰਨੀ ਦੇਰ ਟਿਕਦੀ ਆ। ਜਿਵੇਂ ਕਿ ਤੁਹਾਨੂੰ ਪਤਾ ਹਨਾ, ਅੱਜ ਮੀਂਹ ਬਹੁਤ ਤੇਜ਼ ਪੈ ਰਿਹਾ। ਸਵੇਰੇ 6 ਵਜੇ ਤੋਂ ਸਟਾਰਟ ਹੋਇਆ, 3 ਵੱਜ ਚੁੱਕੇ ਨੇ, ਹਾਲੇ ਤੱਕ ਮੀਂਹ ਕੰਟੀਨਿਊਸਲੀ ਪੈ ਰਿਹਾ। ਥੋੜ੍ਹਾ ਜਿਹਾ ਹਟਿਆ ਤੇ ਦੇਖੋ ਨਾਲ ਹੀ ਗੁੱਡੀਆਂ ਉੱਡਣੀਆਂ ਸਟਾਰਟ ਹੋ ਗਈਆਂ। ਸਾਡਾ ਬੀਬਾ ਬੋਏ ਉਧਰ ਸਟਾਰਟ ਹੋ ਗਏ, ਉਹ ਵੇਖੋ ਪੂਰੀਆਂ ਗੁੱਡੀਆਂ ਉੱਡਣੀਆਂ ਸਟਾਰਟ ਹੋ ਗਈਆਂ। ਤੇ ਇੱਧਰ ਸਾਡੇ ਬੰਦੇ ਨੇ ਚੈਂਬਰ ਲਾਏ ਹੋਏ ਨੇ, ਮਹਿਫਲਾਂ ਸੱਜੀਆਂ ਨੇ। ਸਵੇਰੇ ਕਿੰਨੇ ਵਜੇ ਲਾਇਆ ਓਏ? 9 ਵਜੇ ਦਾ। ਹੈਂ? 9 ਵਜੇ ਦਾ ਚੈਂਬਰ ਲਾ ਕੇ ਬੈਠੇ ਨੇ ਸਾਡੇ ਬੰਦੇ। ਵਾਹ, ਚੈਂਬਰ ਹੀ ਲਾਉਣਾ ਰਹਿ ਗਿਆ, ਹੋਰ ਕਰ ਕੀ ਸਕਦੇ ਸੀ, ਮੀਂਹ ਪੈ ਰਹੇ ਹਨਾ। ਚੱਲ 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 ਲਾਇਆ ਲਾਇਆ ਲਾਇਆ। ਗੁੱਡੀ ਕਾਫੀ ਉੱਡਣ ਲੱਗ ਪਈ, ਮਿੰਟਾਂ ਸਕਿੰਟਾਂ ਦੇ ਵਿੱਚ ਹੀ ਕਾਫੀ ਗੁੱਡੀ ਉੱਡ ਗਈ। ਉਹ ਦੇਖੋ ਚਾਰੇ ਬੰਨੇ ਗੁੱਡੀਆਂ ਗੁੱਡੀਆਂ, ਈਵਨ ਕਿ ਹਾਲੇ ਮੀਂਹ ਵੀ ਪੈ ਰਿਹਾ ਥੋੜ੍ਹਾ ਥੋੜ੍ਹਾ, ਫਿਰ ਵੀ ਗੁੱਡੀਆਂ ਉੱਡ ਰਹੀਆਂ ਨੇ। ਚੱਲ ਵੀ ਚੱਲ ਚੱਲ ਚੱਲ, ਰੱਖੀ ਨਾ ਥੱਲੇ, ਰੱਖੀ ਗਿੱਲੀ ਹੋਣੀ ਆ ਫੜੀ ਭਰਾਵਾ। ਤਿਲਕ ਤਿਲਕਨ ਕਾਫੀ ਆ, ਪਿੱਛੇ 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 ਪਿੱਛੇ। ਫਿਲਹਾਲ ਹਵਾ ਹੈਗੀ ਕਾਫੀ ਤੇਜ਼ ਤੇ ਛੋਟੀਆਂ ਗੁੱਡੀਆਂ ਪਹਿਲਾਂ ਉਡਾਵਾਂਗੇ, ਕਿਉਂਕਿ ਆਹੀ ਇਸ ਹਵਾ ਦੇ ਵਿੱਚ ਆਹੀ ਗੁੱਡੀਆਂ ਉੱਡਣਗੀਆਂ। ਅਰਸ਼ ਭਾਜੀ ਆਪਣੀ ਗੁੱਡੀ ਬੋਕ ਲਾ ਕੇ ਠੰਡੇ ਹੋ ਕੇ ਬੈਠੇ ਹੋਏ ਨੇ, ਤੇ ਆਹੀ ਪਹਿਲੀ ਗੁੱਡੀ ਡਾਵਾਂਗੇ ਲੋਹੜੀ ਦੀ। ਚੱਲ ਵੀ ਕਾਕੇ ਪਾਦੇ ਤਲਾਵਾਂ ਤੇ ਡਾਈਏ। ਹਵਾ ਬਹੁਤ ਹੀ ਤੇਜ਼ ਚੱਲ ਰਹੀ ਕਿਉਂਕਿ ਮੀਂਹ ਬੜਾ ਪਿਆ ਸੀ, ਉਹਦੇ ਕਰਕੇ ਹਵਾ ਬਹੁਤ ਤੇਜ਼ ਆ। ਮੌਸਮ ਹਾਲੇ ਵੀ ਬੜਾ ਗੰਦਾ, ਦੇਖੋ ਬੱਦਲ ਹੀ ਬੱਦਲ ਹੋਇਆ ਪਿਆ। ਮੀਂਹ ਦਾ ਕੋਈ ਭਰੋਸਾ ਨਹੀਂ ਕਦੋਂ ਆ ਜੇ, ਫਿਰ ਵੀ ਆਪਾਂ ਇੰਜੋਏ ਤਾਂ ਕਰਨਾ, ਜਿੰਨੀ ਦੇਰ ਇੰਜੋਏ ਹੁੰਦਾ ਕਰ ਲਓ ਕਰ ਲਓ। ਲੋਹੜੀ ਦੀ ਪਹਿਲੀ ਗੁੱਡੀ ਉਡਾਉਣ ਜਾ ਰਹੇ, ਦੇਖਦੇ ਆ ਕਿੰਨੀ ਦੇਰ ਟਿਕਦੀ ਆ। ਉਹ ਵੱਡਾ ਗਏ ਆਈ ਬਾਈ ਬਿਨੀ ਡੱਗੀ। ਹੱਥ ਪਾਰਨੇ ਅੱਜ ਪੂਰੇ ਮੈਂ ਤੁਹਾਨੂੰ ਕਿਹਾ ਸੀ ਨਾ ਲੋਹੜੀ ਵਾਲੇ ਦਿਨ ਲੋਕਾਂ ਨੇ ਘਰੋਂ ਨੀ ਗੁੱਡੀ ਕੱਢਣ ਦੇਣੀ, ਘਰੋਂ ਕੱਢੀ ਤੇ ਨਾਲੇ ਵੋ ਰੈਂਡੀ ਬਦਲਾ ਲੈ ਗਿਆ ਮੈਂ। ਅੰਮ੍ਰਿਤਸਰ ਦਾ ਮੌਸਮ ਚੈੱਕ ਕਰੋ, ਕਿੰਨਾ ਕਾਲਾ ਬੱਦਲ ਹੋਇਆ, ਕਾਲੇ ਬੱਦਲ ਵਾਲੀ ਲੋਹੜੀ ਅੱਜ ਹਨਾ, ਕਾਲੇ ਬੱਦਲਾਂ ਵਾਲੀ ਲੋਹੜੀ। ਟਾਈਮਲੈਸ ਵਧੀਆ ਸੀ ਨਾ, ਕਮੈਂਟ ਕਰਕੇ ਦੱਸਿਓ, ਹਰਮਨ ਦਾ ਆਈਡੀਆ ਸੀ। ਮੌਸਮ ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ ਹਨਾ, ਤੁਸੀਂ ਦੇਖ ਸਕਦੇ ਹਨੇਰਾ ਹੋ ਗਿਆ, ਹਲੇ ਸਿਰਫ 4 ਵਜੇ ਨੇ ਫਿਰ ਵੀ ਹਨੇਰਾ ਹੋ ਗਿਆ, ਪਰ ਕਈਆਂ ਨੇ ਡੀਜੇ ਡੂਜੇ ਲਾਏ ਹੋਏ ਨੇ ਪਰ ਗੁੱਡੀ ਉੱਡਣੀ ਬੰਦ ਹੋ ਗਈ ਕਿਉਂਕਿ ਥੋੜ੍ਹਾ ਥੋੜ੍ਹਾ ਮੀਂਹ ਪੈਣਾ ਸਟਾਰਟ ਹੋ ਗਿਆ। ਤੇ ਹੁਣ ਜਿਵੇਂ ਮੀਂਹ ਹਟਦਾ ਤੇ ਫਿਰ ਆਪਾਂ ਗੁੱਡੀ ਦੁਬਾਰਾ ਡਾਉਂਦੇ ਹਾਂ, ਉਨੀ ਦੇਰ ਤੱਕ ਅਸੀਂ ਚਾਂਪਾ ਖਾਂਦੇ ਹਾਂ। ਬੀਬਾ ਬੋਏ ਚਾਂਪਾ ਬਣਾ ਰਿਹਾ ਹੈ, ਕਰਨ ਨੂੰ ਮੀਂਹ 'ਚ ਵੀ ਨਹੀਂ ਚੈਨ ਹੈਗਾ, ਦੇਖ ਲਓ ਗੁੱਡੀ ਲੁੱਟ ਲਈ ਸਾਰੀ ਇਕੱਲੀ ਜਾਂ। ਓ ਚੱਲ ਚੱਲ ਚੱਲ, ਬੋਗੀ ਬੋਗੀ ਮਾਮਾ, ਵੜ ਵੜ ਉਹਦੀ ਬੋਗਰ ਬੋਗਰ ਗੁੱਡੀ ਪਾੜ ਗਈ, ਪਰ ਵੱਡੀ ਜ਼ਰੂਰ ਹੈ ਕੱਪਾ, ਉਹ ਦੇਖੋ ਕੋਈ ਹੋਰ ਗੁੱਡੀ ਉਡਾਵੇ ਨਾ ਉਡਾਵੇ, ਅਸੀਂ ਆਪ ਚ ਪੇਟੇ ਲਾਵਾਂਗੇ। ਕੀਪੇ ਸਾਫ਼ ਕਰਨਾ ਮੈਂ, ਜਿੰਨੀ ਵਧੀਆ ਹੁੰਦੀ ਵਧਾ ਲਾ।
ਵਧਾ ਕੇ ਲਾਈ ਚੁੱਕੀ ਨਾ ਵਧਾ ਕੇ ਇੱਧਰ ਕਰਨੇ ਇੱਧਰ ਵਧਾ ਕੇ ਲਾਈ ਕੀ ਅੱਗੇ ਹੋਇਆ ਉਹਨੇ ਵਧਾਉਣੀ ਵੀ ਗੁੱਡੀ ਪਾੜ ਜਾਣੀ ਇਹਦੀ ਸਾਫ਼ ਲਈ ਸਾਫ਼ ਹੀ ਛੜੱਕੇ ਮਾਰੀ ਮੈਂ ਦੋ ਵਜੇ ਚੱਲ 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 ਇਹ ਨਹੀਂ ਇਹ ਮੋੜ ਲੱਗ ਗਿਆ ਵੀ ਛੜੱਕਾ ਵੱਡਾ ਮਾਰ ਆਹੋ ਏਦਾਂ ਹੀ ਲੈ ਵੇਖੀ ਆਪਣੀ ਵਿਖਣੀ ਬੰਦ ਹੋ ਗਈ ਉਹ ਪੀ ਵੱਡ ਦਮ ਦੇ ਕਿਤਾ ਜਿਹੜਾ ਹੈ ਨਹੀਂ ਕੋਈ ਉਹਨੂੰ ਖਾਲੀ ਖਾਲੀ ਕਰ ਦੇਗੇ ਖਾਲੀ ਹੈ ਕੋਈ ਹੈ ਕੋਈ ਚਲਾ ਸਕੇ ਗੁੱਡੀ ਵਿਖਣੀ ਬੰਦ ਹੋ ਗਈ ਹੈ ਨਾ ਹੁਣ ਮੀਂਹ ਆ ਗਿਆ ਸੋ ਆਪਾਂ ਕਰਨਾ ਵੀਰੇ ਹਲਵਾਈ ਦੇ ਪਨੀਰ ਟਿੱਕੇ ਤਿਆਰ ਹੈ ਪਹਿਲਾਂ ਲੂਣ ਤੇ ਪਾਇਆ ਨਹੀਂ ਮਲਿਕ ਨੇ ਫੇਸ ਐਕਸਪ੍ਰੈਸ਼ਨ ਤੋਂ ਪਤਾ ਲੱਗ ਗਿਆ ਘੈਂਟ ਮੈਂ ਵੀ ਖਾਵਾਂ ਹੁਣ ਨਹੀਂ ਖਾਈ ਬਾਬਾ ਹਰਮਨ ਨੇ ਗੁੱਡਾ ਦੇਖੋ ਕਿੱਥੇ ਵਧਾਇਆ ਤੇ ਹੈਗਾ ਵੀ ਬਹੁਤ ਹੀ ਭਾਰਾ ਡੋਰ ਡੋਰ ਨੀ ਆ ਦੇ ਫੜੀ ਕਾਕੀ ਲਿਆ ਸੋ ਵੱਡਾ ਗੁੱਡਾ ਡੋਣ ਲਈ ਡਾਕਟਰ ਟੇਬਲ ਹੋਣੀ ਜ਼ਰੂਰੀ ਤਾਂ ਕਿ ਚੀਰੇ ਨਾ ਹੋਣ ਹੁਣ ਡਾਈ ਜਾ ਆਹੋ ਰਹਿਣ ਦੇ ਚੁੱਕ ਲਈਏ ਹੁਣ ਥੋੜੀ ਹਵਾ ਸਟੇਬਲ ਹੋਈ ਹੈ ਤੇ ਗੁੱਡਾ ਵੱਡਾ ਡੋਨੇ ਆ ਧਿਆਨ ਚੱਲੇ 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 ਥੱਲੇ ਚੱਲੇ ਛੱਡ ਦੇ
ਉਟ ਓਏ ਖਿਲਰ ਗਿਆ ਹੀ ਉਹਨੂੰ ਦਵਾਂਗੇ 2020 ਵਾਲਾ ਗੁੱਡਾ ਮੈਂ ਤੇ ਹਰਮਨ ਚੱਲ ਇਹ ਸਾਡੀ ਕਿਸਮਤ 'ਚ ਨਹੀਂ ਉੱਡਣਾ ਹਵਾ ਬਹੁਤ ਤੇਜ਼ ਆ ਯਾਰ ਕਿਹੜਾ ਕਿਹੜਾ ਕਹਿੰਦਾ ਕਿ ਲੋਹੜੀ ਤੇ ਗੁੱਡੀ ਨਹੀਂ ਉੱਡਣੀ ਮੀਂਹ ਪੈਂਦਾ ਰਹਿਣਾ ਹੈ ਉਹਨਾਂ ਸਾਰਿਆਂ ਨੂੰ ਜਵਾਬ ਆ ਵਲੋਗ ਕਿ ਗੁੱਡੀ ਉੱਡ ਨਹੀਂ ਉੱਡਣੀ ਲੋਹੜੀ ਤੇ ਭਾਵੇਂ ਮੀਂਹ ਹੋਵੇ ਭਾਵੇਂ ਹਨੇਰੀ ਹੋਵੇ ਤੇ ਫਾਈਨਲੀ ਵਾਹਵਾ ਗੁੱਡੀ ਉਡਾਈ ਹਵਾ ਬਹੁਤ ਜ਼ਿਆਦਾ ਸੀ ਜ਼ਰੂਰਤ ਤੋਂ ਜ਼ਿਆਦਾ ਹਵਾ ਸੀ ਪਰ ਫਿਰ ਵੀ ਡਾਲੀ ਸਾਡਾ ਇੱਕ ਬੰਦਾ ਫੱਟੜ ਹੋ ਗਿਆ ਕੋਠੇ ਨੂੰ ਛਾਲਾ ਮਾਰਦਾ ਮਾਰਦਾ ਜਾਨੀ ਨਿਸ਼ਾਨ ਹੋਣ ਤੋਂ ਬਜਾ ਆਹੋ ਇਹ ਪਤਾ ਕੀ ਹੋਇਆ ਜਿਹੜਾ ਤੁਹਾਨੂੰ ਪੜਨਾ ਅਸੀਂ ਕੋਠੇ ਬਿਲਕੁਲ ਉਹ ਪਰਲੀ ਸਾਈਡ ਕੋਠੇ ਚੜੇ ਸੀ ਤੇ ਉੱਥੇ ਪੌੜੀ ਲੱਗੀ ਸੀ ਪੌੜੀ ਦਾ ਦੂਜਾ ਸਟੈਪ ਪੈਰ ਰੱਖਣ ਲੱਗਾ ਤੇ ਉਹ ਸਲਿੱਪ ਹੋ ਗਿਆ ਮੀਂਹ ਪਿਆ ਸੀ ਸਲਿੱਪ ਹੋਇਆ ਤੇ ਭਾਈ ਹੁਣੀ ਪੌੜੀ ਸਮੇਤ ਹੀ ਥੱਲੇ ਮੈਂ ਨਾ ਅਚਾਨਕ ਜਿਹਨੂੰ ਮੈਂ ਸਾਈਨ ਵੱਲ ਵੇਖ ਰਿਹਾ ਮੈਂ ਸਾਈਨ ਕਿੱਥੇ ਆ ਐ ਕਰ ਵੇਖਾ ਪਰ ਯਾਰ ਡਿੱਗੇ ਵੀਰ ਮੈਂ ਡਿੱਗੇ ਪਰ ਉਸ ਵੇਲੇ ਤੈਨੂੰ ਪਤਾ ਨਹੀਂ ਲੱਗਾ ਹਨਾ ਤਪਾ ਗਿਆ ਇੱਕੋ ਦਮ ਕੀ ਲੱਗ ਗਏ ਬੰਦੇ ਸਾਰੇ ਵੇਖਣ ਦੇ ਲੋਕੀ ਵੰਦੇ ਆ ਮੈਨੂੰ ਘੱਟੋ ਘੱਟ ਡਿੱਗ ਤੇ ਲਾਈਵ ਸੋ ਜਾਣ ਨੇ ਵੇਖਿਆ ਹਾਂ ਮਤਲਬ ਇਹਨੂੰ ਵੇਖਿਆ ਤੇ ਤਪਾ ਗਿਆ ਕਿ ਯਾਰ ਮੇਰੀ ਬੇਇੱਜ਼ਤੀ ਹੋ ਗਈ ਤੇ ਇੱਕੋ ਦਮ ਇਹਦਾ ਮਤਲਬ ਕਿ ਪਸੀਨਾ ਪਸੀਨਾ ਆਉਣ ਲੱਗ ਪਿਆ ਇਹਦਾ ਮੋਰਲ ਇਹ ਹੈਗਾ ਵਾ ਕਿ ਕਦੀ ਗਵਾਂਡਿਆਂ ਕੋ ਬਿਨਾ ਪੁੱਛੇ ਨਾ ਪੌੜੀ ਨਾ ਚੁੱਕੋ ਆਹ ਬਿਨਾ ਪੁੱਛੇ ਚੁੱਕੀ ਆ ਤੇ ਉਹਨਾਂ ਦੇ ਕੋਠੇ ਬਿਨਾ ਜੜੋ ਹਨਾ ਤੇ ਬਹੁਤ ਹੀ ਇਸ਼ਾਰਾ ਨਾ ਮਾਰੋ ਖਰਮਸਤੀ ਨਾ ਕਰੋ ਠੀਕ ਆ ਫੈਸਟੀਵਲ ਆ ਉਹਨੂੰ ਆਰਾਮ ਨਾਲ ਇੰਜੋਏ ਕਰੋ ਖਰਮਸਤੀ ਇਹਨੇ ਕੀਤੀ ਵੇਖ ਲਓ ਇਹਨੂੰ ਨਤੀਜਾ ਇੱਕ ਵੀ ਜੀ ਰਾਣੀਆਂ ਅੱਜ ਵੀ ਹਾਂ ਇਹਨੇ ਗੁੱਡੀ ਡਾਈ ਨਹੀਂ ਅੱਜ ਮਤਲਬ ਕਿ ਸਾਰਾ ਨਾ ਦਿਨ ਖਰਾਬ ਹੋ ਜਾਂਦੇ ਇੱਕ ਛੋਟੀ ਜੀ ਗਲਤੀ ਕਰਕੇ ਸੋ ਧਿਆਨ ਰੱਖੋ ਆਪਣਾ ਵੀ ਤੇ ਸਾਰੇ ਨਾ ਹੁਣ ਦੇਖੋ ਰਿਕਵਰ ਹੁੰਦਾ ਇੱਕ ਦਿਨ ਦੇ ਵਿੱਚ ਉਹ ਤੁਹਾਨੂੰ ਅਗਲੇ ਵਲੌਗ 'ਚ ਪਤਾ ਲੱਗ ਜਾਏਗਾ ਪਰ ਨਾ ਵੀ ਹੋਏ ਇਹਨੂੰ ਕਹਿਣਾ ਮੰਜੇ ਤੇ ਬਹਿ ਕੁਰਸੀ ਤੇ ਬਹਿ ਗੁੱਡੀਆਂ ਡੋਣੀਆਂ ਲੰਮੇ ਬਹਿ ਕੇ ਡੋਣੀਆਂ ਗੁੱਡੀਆਂ ਕਿਉਂਕਿ ਅੱਜ ਸਾਡੀਆਂ ਗੁੱਡੀਆਂ ਉੱਡੀਆਂ ਨਹੀਂ ਮਤਲਬ ਕਿ ਸਾਡੇ 100% ਦੇ ਵਿੱਚੋਂ ਮਹਾ ਹੀ 10% ਉੱਡੀ ਗੁੱਡੀ ਹਨਾ 10 ਵੀ ਨਹੀਂ 5% ਉੱਡੀ ਸਾਡੇ ਕੋਲ 90% ਗੁੱਡੀਆਂ ਪਈਆਂ ਕਿਉਂਕਿ ਅੱਜ ਬਾਰਿਸ਼ ਹੀ ਜ਼ਿਆਦਾ ਪਾਟੀਆਂ ਗੁੱਡੀਆਂ ਤੇ ਮਿਲਦੇ ਆ ਅਗਲੇ ਵਲੌਗ 'ਚ ਬਾਏ ਬਾਏ ਟੇਕ ਕੇਅਰ ਤੇ ਪ੍ਰੇ ਕਰਿਓ ਕਿ ਛੇਤੀ ਇਹਦਾ ਪੈਰ ਠੀਕ ਹੋ ਜਾਏ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆ ਅਗਲੇ ਵਲੌਗ 'ਚ ਬਾਏ ਬਾਏ ਟੇਕ ਕੇਅਰ ਬੀਬਾ ਬੋਏ ਯਾ ਬੀਬਾ ਬੋਏ